ਸਾਡੇ ਨਾਲ ਡਿਪਟੀ ਸੁਪਰਡੈਂਡੈਂਟ ਆਫ ਪੁਲਿਸ ਹਰਸਿਮਰਨ ਸਿੰਘ ਬਲ ਨੇ। ਬਲ ਸਾਹਿਬ, ਇੱਕ ਠੇਕੇ ਤੇ ਕਾਫੀ ਵਿਵਾਦ ਹੋਇਆ, ਉਸ ਤੋਂ ਲੈ ਕੇ ਤੁਹਾਡੇ ਕੋਲ ਇਹ ਮਾਮਲਾ ਪਹੁੰਚਿਆ, ਇਹ ਪੂਰਾ ਮਾਮਲਾ ਕੀ ਸੀ ਤੇ ਹੁਣ ਤੱਕ ਦੀ ਕਾਰਵਾਈ ਕੀ? YPS ਚੌਂਕ ਦੇ ਵਿੱਚ ਇੱਕ ਠੇਕਾ ਸੀਗਾ ਜਿੱਥੇ ਉਹਨਾਂ ਮੁੰਡਾ ਜਿਹੜਾ ਠੇਕੇਦਾਰ ਸੀ ਉਹਨਾਂ ਦੇ ਨਾਲ ਪੁਲਿਸ ਕਰਮਚਾਰੀ ਸੀ ਬਲਜੀਤ ਸਿੰਘ ਜੋ SSF ਦਾ ਸੀਗਾ, ਉਹਨੇ ਥੋੜ੍ਹਾ ਜਿਹੇ ਮਿਸਬਿਹੇਵ ਅਤੇ ਮੈਨ ਹੈਂਡਲਿੰਗ ਹੋਈ ਹੈ ਅਤੇ ਉਹਦੇ ਰਿਗਾਰਡ ਦੇ ਵਿੱਚ ਉਹਨਾਂ 'ਤੇ ਬਣਦੀ ਕਾਰਵਾਈ ਕੀਤੀ ਹੈ। ਠੀਕ ਹੈ, ਅਤੇ ਸਰ ਹੁਣ ਤੱਕ ਦੇ ਜਿਹੜੇ ਦੋ PCR ਹੈ ਉਹਨਾਂ ਦਾ ਕੀ ਰੋਲ ਸੀਗਾ ਜਿਹੜੇ ਦੋ ਪੁਲਿਸ ਕਰਮੀ? ਉਹ ਵੀ ਉਹਨਾਂ ਨੇ ਉਹਨਾਂ ਦੇ ਨਾਲ ਹੀ ਉਹਦੇ ਪ੍ਰਭਾਵ ਹੇਠ ਆ ਕੇ ਅਤੇ ਉਹਨਾਂ ਨੇ ਉਹਨੂੰ ਉਹਦੇ ਵਿੱਚ ਨਾਲ ਇਨਵੋਲਵ ਹੋ ਗਏ, ਜਿਹੜੀ ਕਿ ਉਹਨਾਂ ਨੂੰ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਸੀ। ਕੀ ਕਾਰਵਾਈ ਕੀਤੀ ਹੈ? ਬੇਸਿਕਲੀ ਜਿਹੜੀ ਉਹਨਾਂ ਦੇ ਕਾਗਜ਼ ਪੱਤਰ ਬਣਾ ਕੇ ਅਸੀਂ ਸੀਨੀਅਰ ਅਫਸਰਾਂ ਨੂੰ ਭੇਜੀ ਹੈ ਜਿਹਦੇ 'ਚ ਸਸਪੈਂਸ਼ਨ ਵਗੈਰਾ, ਅਤੇ ਉਹਨਾਂ 'ਤੇ ਕਾਰਵਾਈ ਕੀਤੀ ਗਈ। ਡਿਪਟੀ ਸਾਹਿਬ, ਕਿਉਂਕਿ BNS ਦੇ ਸੈਕਸ਼ਨ ਦੇ ਥਰੂ ਕਈ ਚੀਜ਼ਾਂ ਨੂੰ ਲੈ ਕੇ ਵੀਡੀਓਗ੍ਰਾਫੀ ਕਰਨੀ ਹੁੰਦੀ, ਕਈ ਚੀਜ਼ਾਂ ਨੇ ਇਹਦੇ 'ਚ ਉਹਨਾਂ ਨੇ ਨਹੀਂ ਕੀਤੀ, ਉਹਦਾ ਵੀ ਜਿਹੜਾ ਹੈਗਾ? ਨਹੀਂ ਨਹੀਂ, ਕੋਈ ਇਹੋ ਜਿਹੀ ਗੱਲ ਨਹੀਂ ਹੈ, ਕੋਈ ਇਹ ਨਹੀਂ ਸੀ, ਇਹ ਤਾਂ ਸਿੰਪਲ ਇੱਕ ਝਗੜਾ ਹੀ ਝਗੜਾ ਮਤਲਬ ਮਿਸਬਿਹੇਵ ਦਾ ਮੈਟਰ ਹੈ, ਇਹਦੇ 'ਚ ਕੋਈ ਉਹ ਨਹੀਂ ਹੈ, ਪਰ ਇਹ ਜ਼ਰੂਰ ਹੈ ਵੀ ਬਲਜੀਤ ਸਿੰਘ ਦੇ 57 'ਚ ਉਹਦੀ ਅਰੈਸਟ ਹੋਈ। ਠੀਕ ਹੈ, ਅਤੇ ਦੂਜੇ ਜਿਹੜੇ ਦੋ ਪੁਲਿਸ ਕਰਮੀ ਨੇ ਜਿਹੜੇ ਦੋ PCR ਸੀਗੇ? ਹਾਂਜੀ, ਉਹਦੀ ਉਹਨਾਂ 'ਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਗਈ। ਕਿਉਂਕਿ ਸਰ ਕੋਈ ਵੀ ਹੋਵੇ, ਜਿੱਦਾਂ ਤੁਸੀਂ ਵੀ ਕਹਿੰਦੇ ਹੋ ਹਰ ਵਾਰ ਕਿ ਕੋਈ ਵੀ ਹੋਵੇ, ਕਾਨੂੰਨ ਸਾਰਿਆਂ ਵਾਸਤੇ, ਇਹ ਸਾਰਿਆਂ ਵਾਸਤੇ ਇੱਕ ਹੀ ਕਾਨੂੰਨ ਹੈ, ਕੋਈ ਇਹ ਨਹੀਂ ਹੈ ਵੀ ਜੇ ਸਾਨੂੰ ਪੁਲਿਸ ਅਫਸਰ ਨੂੰ, ਸਗੋਂ ਪੁਲਿਸ ਅਫਸਰ ਅਤੇ ਵਕੀਲ ਇੱਕ ਦੋ ਇਹੋ ਜਿਹੇ ਪੇਸ਼ੇ ਹੈ ਜਿਹਨਾਂ ਨੂੰ ਕਾਨੂੰਨ ਦੀ ਨੌਲੇਜ ਹੁੰਦੀ ਹੈ, ਅਤੇ ਉਹਦੇ 'ਚ ਆਪਾਂ ਇਗਨੋਰੈਂਸ ਆਫ ਲਾਅ ਵੀ ਨਹੀਂ ਹੋ ਸਕਦਾ। ਸਾਡੇ ਨਾਲ ਡਿਪਟੀ ਸੁਪਰਡੈਂਡੈਂਟ ਆਫ ਪੁਲਿਸ ਹਰਸਿਮਰਨ ਸਿੰਘ ਬਲ ਨੇ। ਬਲ ਸਾਹਿਬ, ਇੱਕ ਠੇਕੇ ਤੇ ਕਾਫੀ ਵਿਵਾਦ ਹੋਇਆ, ਉਸ ਤੋਂ ਲੈ ਕੇ ਤੁਹਾਡੇ ਕੋਲ ਇਹ ਮਾਮਲਾ ਪਹੁੰਚਿਆ, ਇਹ ਪੂਰਾ ਮਾਮਲਾ ਕੀ ਸੀ ਤੇ ਹੁਣ ਤੱਕ ਦੀ ਕਾਰਵਾਈ ਕੀ? YPS ਚੌਂਕ ਦੇ ਵਿੱਚ ਇੱਕ ਠੇਕਾ ਸੀਗਾ ਜਿੱਥੇ ਉਹਨਾਂ ਮੁੰਡਾ ਜਿਹੜਾ ਠੇਕੇਦਾਰ ਸੀ ਉਹਨਾਂ ਦੇ ਨਾਲ ਪੁਲਿਸ ਕਰਮਚਾਰੀ ਸੀ ਬਲਜੀਤ ਸਿੰਘ ਜੋ SSF ਦਾ ਸੀਗਾ, ਉਹਨੇ ਥੋੜ੍ਹਾ ਜਿਹੇ ਮਿਸਬਿਹੇਵ ਅਤੇ ਮੈਨ ਹੈਂਡਲਿੰਗ ਹੋਈ ਹੈ ਅਤੇ ਉਹਦੇ ਰਿਗਾਰਡ ਦੇ ਵਿੱਚ ਉਹਨਾਂ 'ਤੇ ਬਣਦੀ ਕਾਰਵਾਈ ਕੀਤੀ ਹੈ। ਠੀਕ ਹੈ, ਅਤੇ ਸਰ ਹੁਣ ਤੱਕ ਦੇ ਜਿਹੜੇ ਦੋ PCR ਹੈ ਉਹਨਾਂ ਦਾ ਕੀ ਰੋਲ ਸੀਗਾ ਜਿਹੜੇ ਦੋ ਪੁਲਿਸ ਕਰਮੀ? ਉਹ ਵੀ ਉਹਨਾਂ ਨੇ ਉਹਨਾਂ ਦੇ ਨਾਲ ਹੀ ਉਹਦੇ ਪ੍ਰਭਾਵ ਹੇਠ ਆ ਕੇ ਅਤੇ ਉਹਨਾਂ ਨੇ ਉਹਨੂੰ ਉਹਦੇ ਵਿੱਚ ਨਾਲ ਇਨਵੋਲਵ ਹੋ ਗਏ, ਜਿਹੜੀ ਕਿ ਉਹਨਾਂ ਨੂੰ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਸੀ। ਕੀ ਕਾਰਵਾਈ ਕੀਤੀ ਹੈ? ਬੇਸਿਕਲੀ ਜਿਹੜੀ ਉਹਨਾਂ ਦੇ ਕਾਗਜ਼ ਪੱਤਰ ਬਣਾ ਕੇ ਅਸੀਂ ਸੀਨੀਅਰ ਅਫਸਰਾਂ ਨੂੰ ਭੇਜੀ ਹੈ ਜਿਹਦੇ 'ਚ ਸਸਪੈਂਸ਼ਨ ਵਗੈਰਾ, ਅਤੇ ਉਹਨਾਂ 'ਤੇ ਕਾਰਵਾਈ ਕੀਤੀ ਗਈ। ਡਿਪਟੀ ਸਾਹਿਬ, ਕਿਉਂਕਿ BNS ਦੇ ਸੈਕਸ਼ਨ ਦੇ ਥਰੂ ਕਈ ਚੀਜ਼ਾਂ ਨੂੰ ਲੈ ਕੇ ਵੀਡੀਓਗ੍ਰਾਫੀ ਕਰਨੀ ਹੁੰਦੀ, ਕਈ ਚੀਜ਼ਾਂ ਨੇ ਇਹਦੇ 'ਚ ਉਹਨਾਂ ਨੇ ਨਹੀਂ ਕੀਤੀ, ਉਹਦਾ ਵੀ ਜਿਹੜਾ ਹੈਗਾ? ਨਹੀਂ ਨਹੀਂ, ਕੋਈ ਇਹੋ ਜਿਹੀ ਗੱਲ ਨਹੀਂ ਹੈ, ਕੋਈ ਇਹ ਨਹੀਂ ਸੀ, ਇਹ ਤਾਂ ਸਿੰਪਲ ਇੱਕ ਝਗੜਾ ਹੀ ਝਗੜਾ ਮਤਲਬ ਮਿਸਬਿਹੇਵ ਦਾ ਮੈਟਰ ਹੈ, ਇਹਦੇ 'ਚ ਕੋਈ ਉਹ ਨਹੀਂ ਹੈ, ਪਰ ਇਹ ਜ਼ਰੂਰ ਹੈ ਵੀ ਬਲਜੀਤ ਸਿੰਘ ਦੇ 57 'ਚ ਉਹਦੀ ਅਰੈਸਟ ਹੋਈ। ਠੀਕ ਹੈ, ਅਤੇ ਦੂਜੇ ਜਿਹੜੇ ਦੋ ਪੁਲਿਸ ਕਰਮੀ ਨੇ ਜਿਹੜੇ ਦੋ PCR ਸੀਗੇ? ਹਾਂਜੀ, ਉਹਦੀ ਉਹਨਾਂ 'ਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਗਈ। ਕਿਉਂਕਿ ਸਰ ਕੋਈ ਵੀ ਹੋਵੇ, ਜਿੱਦਾਂ ਤੁਸੀਂ ਵੀ ਕਹਿੰਦੇ ਹੋ ਹਰ ਵਾਰ ਕਿ ਕੋਈ ਵੀ ਹੋਵੇ, ਕਾਨੂੰਨ ਸਾਰਿਆਂ ਵਾਸਤੇ, ਇਹ ਸਾਰਿਆਂ ਵਾਸਤੇ ਇੱਕ ਹੀ ਕਾਨੂੰਨ ਹੈ, ਕੋਈ ਇਹ ਨਹੀਂ ਹੈ ਵੀ ਜੇ ਸਾਨੂੰ ਪੁਲਿਸ ਅਫਸਰ ਨੂੰ, ਸਗੋਂ ਪੁਲਿਸ ਅਫਸਰ ਅਤੇ ਵਕੀਲ ਇੱਕ ਦੋ ਇਹੋ ਜਿਹੇ ਪੇਸ਼ੇ ਹੈ ਜਿਹਨਾਂ ਨੂੰ ਕਾਨੂੰਨ ਦੀ ਨੌਲੇਜ ਹੁੰਦੀ ਹੈ, ਅਤੇ ਉਹਦੇ 'ਚ ਆਪਾਂ ਇਗਨੋਰੈਂਸ ਆਫ ਲਾਅ ਵੀ ਨਹੀਂ ਹੋ ਸਕਦਾ। ਸਾਡੇ ਨਾਲ ਡਿਪਟੀ ਸੁਪਰਡੈਂਡੈਂਟ ਆਫ ਪੁਲਿਸ ਹਰਸਿਮਰਨ ਸਿੰਘ ਬਲ ਨੇ। ਬਲ ਸਾਹਿਬ, ਇੱਕ ਠੇਕੇ ਤੇ ਕਾਫੀ ਵਿਵਾਦ ਹੋਇਆ, ਉਸ ਤੋਂ ਲੈ ਕੇ ਤੁਹਾਡੇ ਕੋਲ ਇਹ ਮਾਮਲਾ ਪਹੁੰਚਿਆ, ਇਹ ਪੂਰਾ ਮਾਮਲਾ ਕੀ ਸੀ ਤੇ ਹੁਣ ਤੱਕ ਦੀ ਕਾਰਵਾਈ ਕੀ? YPS ਚੌਂਕ ਦੇ ਵਿੱਚ ਇੱਕ ਠੇਕਾ ਸੀਗਾ ਜਿੱਥੇ ਉਹਨਾਂ ਮੁੰਡਾ ਜਿਹੜਾ ਠੇਕੇਦਾਰ ਸੀ ਉਹਨਾਂ ਦੇ ਨਾਲ ਪੁਲਿਸ ਕਰਮਚਾਰੀ ਸੀ ਬਲਜੀਤ ਸਿੰਘ ਜੋ SSF ਦਾ ਸੀਗਾ, ਉਹਨੇ ਥੋੜ੍ਹਾ ਜਿਹੇ ਮਿਸਬਿਹੇਵ ਅਤੇ ਮੈਨ ਹੈਂਡਲਿੰਗ ਹੋਈ ਹੈ, ਅਤੇ ਉਹਦੇ ਰਿਗਾਰਡ ਦੇ ਵਿੱਚ
ਉਹਨਾਂ ਤੇ ਬਣਦੀ ਕਾਰਵਾਈ ਕੀਤੀ ਹੈ। ਠੀਕ ਹੈ ਤੇ ਸਰ ਹੁਣ ਤੱਕ ਦੇ ਜਿਹੜੇ ਦੋ ਪੀਸੀਆਰ ਹੈ ਉਹਨਾਂ ਦਾ ਕੀ ਰੋਲ ਸੀਗਾ ਜਿਹੜੇ ਦੋ ਪੁਲਿਸ ਕਰਮੀ? ਉਹ ਵੀ ਉਹਨਾਂ ਨੇ ਉਹਨਾਂ ਦੇ ਨਾਲ ਹੀ ਉਹਦੇ ਪ੍ਰਭਾਵ ਹੇਠ ਆ ਕੇ ਤੇ ਉਹਨਾਂ ਨੇ ਉਹਨੂੰ ਉਹਦੇ ਵਿੱਚ ਨਾਲ ਇਨਵੋਲਵ ਹੋ ਗਏ, ਜਿਹੜੀ ਕਿ ਉਹਨਾਂ ਨੂੰ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਸੀਗਾ। ਕੀ ਕਾਰਵਾਈ ਕੀਤੀ ਹੈ? ਬੇਸਿਕਲੀ ਜਿਹੜੀ ਉਹਨਾਂ ਦੇ ਕਾਗਜ਼ ਪੱਤਰ ਬਣਾ ਕੇ ਅਸੀਂ ਸੀਨੀਅਰ ਅਫਸਰਾਂ ਨੂੰ ਭੇਜੀ ਹੈ, ਜਿਹਦੇ 'ਚ ਸਸਪੈਂਸ਼ਨ ਵਗੈਰਾ, ਅਤੇ ਉਹਨਾਂ 'ਤੇ ਕਾਰਵਾਈ ਕੀਤੀ ਗਈ। ਡਿਪਟੀ ਸਾਹਿਬ, ਕਿਉਂਕਿ BNS ਦੇ ਸੈਕਸ਼ਨ ਦੇ ਥਰੂ ਕਈ ਚੀਜ਼ਾਂ ਨੂੰ ਲੈ ਕੇ ਵੀਡੀਓਗ੍ਰਾਫੀ ਕਰਨੀ ਹੁੰਦੀ, ਕਈ ਚੀਜ਼ਾਂ ਨੇ ਇਹਦੇ 'ਚ ਉਹਨਾਂ ਨੇ ਨਹੀਂ ਕੀਤੀ, ਉਹਦਾ ਵੀ ਜਿਹੜਾ ਹੈਗਾ? ਨਹੀਂ ਨਹੀਂ, ਕੋਈ ਇਹੋ ਜਿਹੀ ਗੱਲ ਨਹੀਂ ਹੈ, ਕੋਈ ਇਹ ਨਹੀਂ ਸੀ, ਇਹ ਤਾਂ ਸਿੰਪਲ ਇੱਕ ਝਗੜਾ ਹੀ ਝਗੜਾ ਮਤਲਬ ਮਿਸਬਿਹੇਵ ਦਾ ਮੈਟਰ ਹੈ, ਇਹਦੇ 'ਚ ਕੋਈ ਉਹ ਨਹੀਂ ਹੈ। ਪਰ ਇਹ ਜ਼ਰੂਰ ਹੈ ਵੀ ਬਲਜੀਤ ਸਿੰਘ ਦੇ 7:50 'ਚ ਉਹਦੀ ਅਰੈਸਟ ਹੋਈ। ਠੀਕ ਹੈ, ਅਤੇ ਦੂਜੇ ਜਿਹੜੇ ਦੋ ਪੁਲਿਸ ਕਰਮੀ ਨੇ ਜਿਹੜੇ ਦੋ PCR ਸੀਗੇ? ਹਾਂਜੀ, ਉਹਦੀ ਉਹਨਾਂ 'ਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਗਈ। ਕਿਉਂਕਿ ਸਰ ਕੋਈ ਵੀ ਹੋਵੇ, ਜਿੱਦਾਂ ਤੁਸੀਂ ਵੀ ਕਹਿੰਦੇ ਹੋ ਹਰ ਵਾਰ ਕਿ ਕੋਈ ਵੀ ਹੋਵੇ, ਕਾਨੂੰਨ ਸਾਰਿਆਂ ਵਾਸਤੇ, ਇਹ ਸਾਰਿਆਂ ਵਾਸਤੇ ਇੱਕ ਹੀ ਕਾਨੂੰਨ ਹੈ। ਕੋਈ ਇਹ ਨਹੀਂ ਹੈ ਵੀ ਜੇ ਸਾਨੂੰ ਪੁਲਿਸ ਅਫਸਰ ਨੂੰ, ਸਗੋਂ ਪੁਲਿਸ ਅਫਸਰ ਅਤੇ ਵਕੀਲ ਇੱਕ ਦੋ ਇਹੋ ਜਿਹੇ ਪੇਸ਼ੇ ਹੈ ਜਿਨ੍ਹਾਂ ਨੂੰ ਕਾਨੂੰਨ ਦੀ ਨੌਲੇਜ ਹੁੰਦੀ ਹੈ, ਅਤੇ ਉਹਦੇ 'ਚ ਆਪਾਂ ਇਗਨੋਰੈਂਸ ਆਫ ਲਾਅ ਵੀ ਨਹੀਂ ਹੋ ਸਕਦਾ।